नमस्कार, सति श्री अकाल। FMI न्यूज़ वेख रहे साडे सारे दर्शकों का स्वागत है। असी UK च संगत TV वेख रहे दर्शकों का भी स्वागत करते हैं। मैं हां दविंदर सिंह, बुलेटिन की शुरुआत करांगे खास खबरों के नाल। आशा कुमारी नूं पंजाब प्रदेश कांग्रेस कमेटी का इंचार्ज बनाए जाने सूबे की सियासत पखी। आप समेत BJP ने कहा कांग्रेस कोल नहीं कोई साफ अक्स वाला नेता, कांग्रेस की सफाइया देने लगे। पंजाब सरकार दे विकास बारे लोगों को जागरूक करने प्रचार गड्डियों नूं कैबिनेट मंत्री विक्रम मजीठिया ने दिखाई हरी झंडी। पूरे सूबे च लोगों नूं फिल्मां जरिए विकास कार्यों बारे गड्डियां देणगियां जानकारी। बठिंडा च आम आदमी पार्टी वल्लों अकाली विधायक जीत महेंद्र सिंह सिद्धू की गिरफ्तारी की मंग नूं लै के आम आदमी पार्टी वल्लों रोस प्रदर्शन। 231 करोड़ रुपए के घोटाले मामले च CBI ने किया होया केस दर्ज। भारत बनिया MTCR का मैंबर, पाकिस्तान पछाड़ के मिसाइल समूह देशों के ग्रुप च मिली एंट्री। पंजाब कांग्रेस के इंचार्ज आशा कुमारी लैके कांग्रेस पार्टी एक बार फिर विरोधियों के निशाने पर आ गई है, क्योंकि पंजाब कांग्रेस के नवनियुक्त इंचार्ज नूं एक जमीन घोटाले च पहला ही सजा हो चुकी है। पंजाब कांग्रेस के इंचार्ज नूं लैके कांग्रेस पार्टी एक बार फिर विरोधियों के निशाने पर है। शकील अहमद तो बाद कांग्रेस हाईकमान ने पंजाब कांग्रेस का इंचार्ज कमलनाथ नूं नियुक्त किया, जिस तो बाद कमलनाथ की 84 कतलेआम च कथित भूमिका तो बाद उन्हां नूं पंजाब कांग्रेस के इंचार्ज अहुदे तो अस्तीफा देना पै गया। हुण कांग्रेस पार्टी ने नैशनल सकत्तर आशा कुमारी नूं पंजाब कांग्रेस इंचार्ज की कमान सौंपी है। कांग्रेस की यह नियुक्ति भी विवादों च घिरदी नजर आ रही है, क्योंकि आशा कुमारी नूं एक जमीन घोटाले च पहला ही सजा हो चुकी है। हिमाचल प्रदेश में डलहौजी तो विधायक आशा कुमारी नूं चंबा की एक अदालत ने इस साल फरवरी च एक साल की सज़ा सुनाई सी, पर वह इस समय जमानत ते ने। इसे विवाद नूं लैके अकाली आगू सेवा सिंह सेखवां ने एक बार फिर कांग्रेस से निशाना साधिया। जिस बीबी नूं हुण इत्थे प्रभारी लाया गया आ, उहदे उत्ते भी अपने करप्शन के चार्जेस लग चुके आ, और इत्थों तक कि जिहड़ी जुडिशरी आ उहने एक साल की सजा भी उहनूं दित्ती आ, ते 8000 रुपया जुर्माना भी किया होया। ਇਹੋ ਜਿਹੇ ਟੇਟੈਂਟ ਬੰਦੇ ਨੂੰ ਜਿਹੜਾ ਕਿਸੇ ਵੀ ਸੂਬੇ ਦਾ ਇੰਚਾਰਜ ਲਾਉਣਾ ਉਹ ਠੀਕ ਨਹੀਂ। ਲੇਕਿਨ ਮੈਂ ਇਹ ਮਹਿਸੂਸ ਕਰਨਾ ਕਿ ਕਾਂਗਰਸ ਪਾਰਟੀ ਕੋਲ ਸਹੀ ਛਵੀ ਵਾਲੇ ਬੰਦੇ ਹੈ ਹੀ ਨਹੀਂ, ਉਹਨਾਂ ਦੇ ਬੰਦੇ ਹੀ ਇਹੋ ਜਿਹੇ ਆ, ਇਸ ਕਰਕੇ ਉਹਨਾਂ ਨੇ ਇਹੋ ਜਿਹੇ ਬੰਦੇ ਹੀ ਲਾਉਣੇ ਆ, ਤੇ ਇਹਦਾ ਲੋਕਾਂ ਤੇ ਮਾੜਾ ਪ੍ਰਭਾਵ ਜਾਏਗਾ। ਕਾਂਗਰਸ ਦੀ ਇਸ ਨਵੀਂ ਨਿਯੁਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ। ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਆਪ ਦੇ ਆਗੂਆਂ ਨੂੰ ਬਾਰੀ ਦੱਸਣ ਤੇ ਹੁਣ ਉਹਨਾਂ ਆਸ਼ਾ ਕੁਮਾਰੀ ਦੀ ਨਿਯੁਕਤੀ ਰਾਹੀਂ ਕਾਂਗਰਸ ਨੂੰ ਘੇਰਿਆ ਹੈ। ਉਧਰ ਪੂਰੇ ਮਾਮਲੇ ਤੇ ਚੌਤਰਫਾ ਘਿਰਨ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਪੱਠਲ ਨੇ ਸਫਾਈ ਦਿੱਤੀ ਹੈ। ਬੀਬੀ ਰਜਿੰਦਰ ਕੌਰ ਮੁਤਾਬਕ ਸਾਰੇ ਇਲਜ਼ਾਮ ਬੇਬੁਨਿਆਦ ਨੇ ਅਤੇ ਵਿਰੋਧੀ ਜਾਣਬੁੱਝ ਕੇ ਬਦਨਾਮ ਕਰ ਰਹੇ ਨੇ। ਦੇਖੋ, ਅਕਾਲੀਆਂ ਕੋਲ ਕੋਈ ਹੋਰ ਗੱਲ ਹੈ ਨਹੀਂ, ਉਹ ਕੋਈ ਨਾ ਕੋਈ ਇਸ਼ੂ ਲੈ ਕੇ ਸਾਡੇ ਵੱਲ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਮੈਂ ਪੁੱਛਦੀ ਹਾਂ ਕਿ ਇਹੋ ਜਿਹਾ ਇਲਜ਼ਾਮ ਲਾਉਣ ਤੋਂ ਪਹਿਲਾਂ ਮੈਨੂੰ ਦੱਸੋ ਕੋਈ ਕਿ ਬਾਦਲ 'ਤੇ ਨਹੀਂ ਕੇਸ ਬਣੇ ਪਏ? ਕਿੰਨੇ ਸਾਲ ਹੋ ਗਏ ਕੋਰਟਾਂ 'ਚੋਂ, ਕਿਵੇਂ ਕੋਰਟਾਂ ਨੇ ਉਹਨਾਂ ਨੂੰ ਵਾਰ ਵਾਰ ਲੋਅਰ ਕੋਰਟ ਨੇ ਉਹਨਾਂ ਨੂੰ ਗਿਲਟੀ ਵੀ ਸਾਬਤ ਕੀਤਾ ਹੈ, ਉਹਨਾਂ ਦੇ ਮੁੰਡੇ ਸੁਖਬੀਰ ਬਾਦਲ 'ਤੇ ਨਹੀਂ ਕੇਸ ਚੱਲੇ ਵੇ? ਇਹਦੇ 'ਤੇ ਤਾਂ ਠੀਕ ਹੈ ਕੇਸ ਬਣਿਆ ਸੀ, ਵੇਲ 'ਤੇ ਆਈ ਵੀ ਹੈ, ਅਜੇ ਕੋਰਟ ਦਾ ਕੋਈ ਡਿਸੀਜਨ ਨਹੀਂ ਦੱਸਿਆ, ਨਥਿੰਗ। ਬਾਕੀ ਗ੍ਰਾਫ ਬਣ ਨਹੀਂ ਪਾ ਰਹੇ ਜੀ ਕਾਂਗਰਸ ਦਾ? ਬਿਲਕੁਲ, ਅੱਜ ਕਾਂਗਰਸ ਦੀ ਬੱਲੇ ਹੋ ਰਹੀ ਹੈ। ਅੱਜ ਪੂਰੇ ਪੰਜਾਬ ਦੇ ਵਿੱਚ ਜੋਸ਼ ਅਤੇ ਖਰੋਸ਼ ਆ ਕਾਂਗਰਸ ਵਾਸਤੇ। ਇਹ ਅਕਾਲੀ ਦਲ ਵਾਲਿਆਂ ਤੋਂ ਲੋਕ ਮੂੰਹ ਨਹੀਂ ਲਾਉਣਾ ਚਾਹੁੰਦੇ, ਸਾਰੇ ਧਰਮਾਂ ਦਾ ਅਪਮਾਨ ਕਰਾਇਆ ਇਹਨਾਂ ਨੇ ਵਾਰੀ ਵਾਰੀ, ਔਰ ਜਿਹੜੀ ਹੈਗੀ ਸੀ ਆਪ ਵਾਲੀ ਉਹ ਹੁਣ ਥੱਲੇ ਜਾਂਦੇ, ਜਿੰਨੀ ਜਲਦੀ ਉੱਪਰ ਆਏ ਸੀ ਉਹ ਥੱਲੇ ਜਾ ਰਹੇ ਹੈ। ਅੱਜ ਸਿਰਫ ਅਤੇ ਸਿਰਫ ਕਾਂਗਰਸ ਦੀ ਜਿਹੜੀ ਹੈਗੀ ਰੋਸ਼ਨੀ ਉਹ ਦਿੰਦੀ ਹੈ। ਆਸ਼ਾ ਕੁਮਾਰੀ ਜੀ ਜਾਂ ਕਮਲਨਾਥ ਜੀ ਜਾਂ ਉਸਸੇ ਪਹਿਲੇ ਸ਼ਕੀਲ ਅਹਿਮਦ ਜਾਂ ਮਿਸਟਰ ਚੜਕ, ਕੋਈ ਵੀ ਪੰਜਾਬ ਕਾ ਯਹਾਂ ਪ੍ਰਭਾਰੀ ਰਹਾ ਹੋ, ਪੰਜਾਬ ਕਾਂਗਰਸ ਔਰ ਪੰਜਾਬ ਕੇ ਲੋਕ ਆਜ ਕੈਪਟਨ ਅਮਰਿੰਦਰ ਸਿੰਘ ਕੋ ਆਸ਼ਾ ਭਰੀ ਨਿਗਾਹੋਂ ਸੇ ਦੇਖ ਰਹੇ ਹੈ। ਉਨਕਾ ਜੋ ਵਿਸ਼ਵਾਸ ਹੈ ਪੰਜਾਬ ਕੇ ਭਵਿਸ਼ਯ ਕੋ ਬਚਾਣੇ ਕੇ ਲੀਏ, ਪੰਜਾਬ ਕੇ ਨੌਜਵਾਨੀ ਕੋ ਸੁਰੱਖਿਅਤ ਕਰਨੇ ਕੇ ਲੀਏ, ਕਿਸਾਨੀ ਕੋ ਬਚਾਣੇ ਕੇ ਲੀਏ, ਪੰਜਾਬ ਕੋ ਵਾਪਸ ਤਰੱਕੀ ਕੇ ਰਸਤੇ ਪਲਾਣੇ ਕੇ ਲੀਏ, ਵੋ ਸਿਰਫ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਪੇ ਕੇਂਦਰਿਤ ਹੈ। ਇਹ ਸਾਰੀ ਬਾਤੇਂ ਬੇਮਾਇਨੇ ਹੈ, ਆਲ ਦੀਜ਼ ਅਪੁਆਇੰਟਮੈਂਟਸ ਆਰ ਇੰਸੀਡੈਂਟਲ, ਦੇ ਆਰ ਓਨਲੀ ਹੇਅਰ ਟੂ ਸਪੋਰਟ ਕੈਪਟਨ ਅਮਰਿੰਦਰ ਸਿੰਘ ਇਨ ਟਰਾਇੰਗ ਟੂ ਟੇਕ ਦਾ ਮੈਸੇਜ ਅਕਰੋਸ ਟੂ ਪੀਪਲ ਆਫ ਪੰਜਾਬ।
ਫਿਲਹਾਲ ਕਾਂਗਰਸ ਦੀ ਨਵੀਂ ਆਸ਼ਾ ਇੱਕ ਵਾਰ ਫਿਰ ਵਿਵਾਦਾਂ 'ਚ ਹੈ, ਜਿਸ ਨਾਲ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰਨ 'ਚ ਲੱਗ ਗਈਆਂ ਨੇ। ਇਹ ਵੇਖਣਾ ਹੋਵੇਗਾ ਕਾਂਗਰਸ ਇਸ ਮਾਮਲੇ 'ਤੇ ਕੀ ਰੁੱਖ ਅਖਤਿਆਰ ਕਰਦੀ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਬਠਿੰਡਾ ਤੋਂ ਪ੍ਰਿਤਪਾਲ ਦੀ ਰਿਪੋਰਟ, ਫ੍ਰੀ ਮੀਡੀਆ। ਉਧਰ ਬੀਜੇਪੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਨੇ ਆਸ਼ਾ ਕੁਮਾਰੀ ਦੇ ਪੰਜਾਬ ਇੰਚਾਰਜ ਲਗਾਏ ਜਾਣ ਤੋਂ ਬਾਅਦ ਪੂਰੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਸਾਂਪਲਾ ਨੇ ਕਾਂਗਰਸ ਨੂੰ ਭ੍ਰਿਸ਼ਟ ਪਾਰਟੀ ਦਾ ਦਰਜਾ ਦਿੱਤਾ। ਪਹਿਲਾਂ ਕਮਲਨਾਥ ਅਤੇ ਹੁਣ ਆਸ਼ਾ ਕੁਮਾਰੀ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਪੂਰੇ ਮਾਮਲੇ 'ਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਉਹਨਾਂ ਦਾ ਕੀ ਕਹਿਣਾ ਇਸ ਮਾਮਲੇ 'ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਂਪਲਾ ਸਾਹਿਬ, ਪਹਿਲਾਂ ਕਮਲਨਾਥ ਨੂੰ ਕਲੀਨ ਚਿੱਟ ਅਤੇ ਹੁਣ ਆਸ਼ਾ ਕੁਮਾਰੀ ਨੂੰ ਕਲੀਨ ਚਿੱਟ, ਕੀ ਕਹੋਗੇ? ਇਹਦੇ ਤੋਂ ਤੁਹਾਨੂੰ ਆਪਣੇ ਆਪ ਹੀ ਸਾਬਤ ਹੋ ਜਾਂਦਾ ਹੈ ਕਿ ਕਾਂਗਰਸ ਜਿਹੜੀ ਕਦੀ ਆਪਣੇ ਆਪ ਨੂੰ ਬਹੁਤ ਵੱਡੀ ਪਾਰਟੀ ਸਮਝਦੀ ਸੀ, ਅੱਜ ਉਹਨਾਂ ਦੇ ਕੋਲ ਕੋਈ ਵੀ ਸਾਫ਼ ਛਵੀ ਵਾਲਾ ਵਿਅਕਤੀ ਹੀ ਨਹੀਂ ਰਹਿ ਗਿਆ ਔਰ ਸਾਰੇ ਦੇ ਸਾਰੇ ਕਰਪਸ਼ਨ ਦੇ ਵਿੱਚ ਲਿਪਤ ਵਿਅਕਤੀ ਨੇ, ਚਾਹੇ ਉਹ ਕੈਪਟਨ ਆਪ ਕਰ ਲਈਏ, ਚਾਹੇ ਕੈਪਟਨ ਦਾ ਪਰਿਵਾਰ ਕਰ ਲਈਏ। ਅੱਜ ਉਹਨਾਂ ਦੀ ਪਰਿਵਾਰੀ ਆਸ਼ਾ ਕੁਮਾਰੀ ਲਗਾਈ ਗਈ ਹੈ, ਜਿਹੜੀ ਹੁਣ ਇਸ ਤੋਂ ਪਹਿਲਾਂ ਕਮਲਨਾਥ ਦਾ ਸੀ, ਉਸ ਤੋਂ ਪਹਿਲਾਂ ਅਹਿਮਦ ਅੰਸਾਰੀ ਜੀ, ਔਰ ਅਗਰ ਕਹੀਏ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ, ਵਾਡਰਾ, ਜੇ ਸਾਰਿਆਂ ਦੀ ਅਗਰ ਲਿਸਟ ਬਣਾਈਏ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜੇ ਕਰਪਟ ਲੋਕਾਂ ਦਾ ਸਮੂਹ ਆ। ਹੁਣ ਇਹ ਕਾਂਗਰਸ ਨਹੀਂ, ਕਰਪਸ਼ਨ ਪਾਰਟੀ ਹੋ ਗਈ ਹੈ ਔਰ ਇਸ ਕਰਕੇ ਅਸੀਂ ਕਾਂਗਰਸ ਜਦ ਕਦੇ ਡੀ ਪਾਰਟੀ ਡੀ ਕੰਪਨੀ ਦਾ ਬੜਾ ਚਰਚਾ ਦੇ ਵਿੱਚ ਰਹਿੰਦੀ ਸੀ, ਹੁਣ ਇਹ ਸੀ ਕੰਪਨੀ ਜਿਹੜੀ ਆ, ਜਿਹੜੀ ਕਾਂਗਰਸ ਸੀ ਤੋਂ ਕਰਪਸ਼ਨ ਜਿਹੜੇ ਆ, ਇਹ ਹੁਣ ਸੀ ਕੰਪਨੀ ਜਿਹੜੀ ਆ ਉਹ ਚਰਚਾ ਦਾ ਪੂਰੇ ਦੇਸ਼ 'ਚ ਬਣੀ ਹੈ। ਔਰ ਜਿਹੜੀ ਆਸ਼ਾ ਕੁਮਾਰੀ ਜੀ ਨੂੰ ਲਗਾਇਆ, ਜਿਹਦੇ 'ਤੇ ਸਾਲ ਦੀ ਉਹਨੂੰ ਸਜ਼ਾ ਹੋਈ ਆ, 8,000 ਰੁਪਏ ਜੁਰਮਾਨਾ ਹੋਇਆ ਔਰ ਫੋਰੈਸਟ ਦੀ ਸਰਕਾਰੀ ਕਿਸੇ ਦੀ ਨਹੀਂ, ਸਰਕਾਰ ਦੀ ਜ਼ਮੀਨ, ਔਰ ਸਰਕਾਰ ਦੇ ਵਿੱਚ ਉਹ MLA ਹੁੰਦੇ ਹੋਇਆ ਵੀ ਉਹਨਾਂ ਨੇ ਜਿਹੜੀ ਸਰਕਾਰ ਦੀ ਜ਼ਮੀਨ ਹੀ ਜ਼ਬਤ ਕੀਤੀ ਆ। ਇਹਦੇ 'ਚ ਇਹ ਕੋਈ ਸਾਡੀ ਸਰਕਾਰ ਤਾਂ ਅੱਜ ਹੈ ਨਹੀਂ, ਜੇ ਅੱਜ ਇਹੀ ਸਰਕਾਰ ਹਿਮਾਚਲ 'ਚ ਸਾਡੀ ਹੁੰਦੀ ਤਾਂ ਇਹਨਾਂ ਨੇ ਕਹਿਣਾ ਸੀ ਕਿ ਇਹਦੇ 'ਚ ਰਾਜਨੀਤਿਕ ਰੰਗਤ ਹੈ, ਉੱਥੇ ਤਾਂ ਸਰਕਾਰ ਵੀ ਉਹਨਾਂ ਦੀ ਹੈ। ਕੈਪਟਨ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਇਹ ਅੱਜ ਦੇ ਸਾਡੀ ਸਰਕਾਰ ਵੇਲੇ ਦੇ ਨਹੀਂ, ਜਦੋਂ UPA ਦੀ ਸਰਕਾਰ ਹੁੰਦੀ ਸੀ ਉਸ ਵੇਲੇ ਉਹਦੀ ਪਤਨੀ ਨੂੰ, ਉਹਦੇ ਬੇਟੇ ਨੂੰ ਔਰ ਇਹਦਾ ਨਾਂ ਆਏ ਆ ਸਾਹਮਣੇ, ਇਹ ਅੱਜ ਸਾਡੀ ਸਰਕਾਰ ਦਾ ਰੋਲ ਨਹੀਂ ਹੈ। ਸੋ ਇਸੇ ਤਰ੍ਹਾਂ ਹੀ ਕਮਲਨਾਥ ਜੀ ਸੀ ਔਰ ਇਹ ਅੱਜ ਇੱਕ ਸਪਸ਼ਟ ਰੂਪ 'ਚ ਸਾਬਤ ਹੋ ਚੁੱਕਾ ਕਿ ਹੁਣ ਜਿਹੜੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਉਹ ਸੀ ਕੰਪਨੀ ਦੇ ਰੂਪ ਦੇ ਵਿੱਚ ਆ ਔਰ ਪੰਜਾਬ ਦੇ ਲੋਕ ਜਿਹੜੇ ਆ ਉਹ ਪੂਰੀ ਤਰ੍ਹਾਂ ਸੁਚੇਤ ਨੇ ਔਰ ਸਮਝਦਾਰ ਨੇ ਔਰ ਉਹਨਾਂ ਨੇ ਸਮਝ ਚੁੱਕੇ ਨੇ ਔਰ ਉਹ ਕਾਂਗਰਸ ਦਾ ਇੱਥੋਂ ਜਿਹੜਾ ਅਸੀਂ ਭਾਰਤੀ ਜਨਤਾ ਪਾਰਟੀ ਮਾਨਯ ਨਰਿੰਦਰ ਮੋਦੀ ਜੀ ਨੇ ਨਾਰਾ ਦਿੱਤਾ ਹੈ ਕਿ ਕਾਂਗਰਸ ਮੁਕਤ ਭਾਰਤ ਬਣਾਉਣਾ, ਉਹਦਾ ਕਾਰਨ ਵੀ ਇਹੀ ਹੈ ਕਿ ਕਰਪਸ਼ਨ ਮੁਕਤ ਬਣਾਉਣਾ ਅਤੇ ਕਰਪਸ਼ਨ ਮੁਕਤ ਬਣਾਉਣ ਦਾ ਕਾਂਗਰਸ ਮੁਕਤ ਬਣਾਉਣਾ ਔਰ ਅੱਜ ਦੇਸ਼ ਦੀ ਜਨਤਾ ਔਰ ਪ੍ਰਦੇਸ਼ ਦੀ ਸਾਡੇ ਪੰਜਾਬ ਦੀ ਜਨਤਾ ਇਹਦੇ ਲਈ ਤਿਆਰ ਬੈਠੀ ਹੈ। ਸੋ ਸਾਂਪਲਾ ਸਾਹਿਬ, ਆਮ ਆਦਮੀ ਪਾਰਟੀ ਵੱਲੋਂ ਬੜੇ ਬੜੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਪੰਜਾਬੀਆਂ ਨੂੰ ਸਹੂਲਤਾਂ ਦੇਣ ਦਾ ਦਾਅਵਾ ਜਿਹੜਾ ਦਿੱਲੀ 'ਚ ਕੀਤਾ ਜਾ ਰਿਹਾ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦਾ ਦਾਅਵਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ, ਚਾਹੇ ਰੇਡੀਓ ਹੋਵੇ, ਟੈਲੀਵਿਜ਼ਨ ਹੋਵੇ ਜਾਂ ਫਿਰ ਕਹਿ ਸਕਦੇ ਹਾਂ ਪੋਸਟਰ, ਹੁਣ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ, ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਸਿਰਫ ਪੋਸਟਰਾਂ ਤੱਕ ਹੀ ਸੀਮਤ ਹੈ। ਅਗਰ ਉਹ ਮੰਨ ਲਓ ਹਕੀਕਤ 'ਚ ਲਗਾਉਣ ਤਾਂ ਫਿਰ ਤਾਂ ਸ਼ਾਇਦ ਉਹਨੂੰ ਕੋਈ ਲੋਕ ਪਸੰਦ ਵੀ ਕਰਨਗੇ, ਪਰ ਕਿਉਂਕਿ ਉਹ ਡਰਾਮਾਟਿਕ ਕਲੱਬ ਹੈ, ਉਹ ਰਾਜਨੀਤਿਕ ਦਲ ਨਹੀਂ ਹੈ, ਉਹਨਾਂ ਦੇ ਨੌਟੰਕੀਆਂ ਕਰਨੀਆਂ ਲੋਕਾਂ ਦੇ ਵਿੱਚ ਰੋਜ਼ ਸੋਸ਼ਲ ਜਿਹਾ ਚੜ੍ਹਨਾ ਔਰ ਉਹਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਪੁੱਠੇ ਸਿੱਧੇ ਬਿਆਨ ਦੇ ਦਈਏ ਔਰ ਸੈਂਸਲੈਸ ਆਪਾਂ ਜਿਹੜੇ ਬਿਆਨ ਦੇ ਦਈਏ ਉਸ ਤਰ੍ਹਾਂ ਦੇ ਚਰਚਾ 'ਚ ਰਹਾਂਗੇ, ਸਿਰਫ ਉਹਨਾਂ ਦਾ ਇਸ਼ਤਿਹਾਰ ਔਰ ਚਰਚਾ 'ਚ ਰਹਿਣਾ ਹੀ ਕੰਮ ਹੈ। ਸੋ ਇੱਕ ਆਖਰੀ ਸਵਾਲ ਸਾਂਪਲਾ ਸਾਹਿਬ, ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ ਸੀ ਤਾਂ ਕਿ ਉਹ ਪੰਜਾਬ ਦੇ ਮਾਮਲੇ ਤੋਂ ਦੂਰ ਰਹਿਣ, ਪਰ ਕੋਰ ਗਰੁੱਪ 'ਚ ਉਹਨਾਂ ਨੂੰ ਸ਼ਾਮਿਲ ਕਰਨਾ ਕੀ ਇਸ਼ਾਰਾ ਕਰ ਰਿਹਾ? ਕੀ ਤੁਸੀਂ ਉਹਨਾਂ ਨੂੰ BJP ਦਾ ਨਹੀਂ ਮੰਨਦੇ ਹੋ? ਜੀ ਬਿਲਕੁਲ, BJP ਦਾ ਤਾਂ BJP ਦਾ ਤਾਂ ਫਿਰ BJP ਨੂੰ ਡਿਸੀਜਨ ਲੈਣ ਦਿਓ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਉਣਗੇ, ਜਦਕਿ ਉਹ ਡਿਨਾਇਲ ਕਰ ਚੁੱਕੇ ਨੇ ਜੇਕਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਰਹੀ ਹੈ ਤਾਂ ਪ੍ਰਚਾਰ ਨਹੀਂ ਕਰਨਗੇ? ਮੇਰਾ ਸਿੱਧਾ ਸਿੱਧਾ ਜਵਾਬ ਹੈ, ਉਹ BJP 'ਚ ਹੈ ਔਰ BJP ਤੋਂ ਬੇਮੁੱਖ ਨਹੀਂ ਹੈ। ਸੋ ਇਹ ਸਨ ਵਿਜੇ ਸਾਂਪਲਾ ਜੀ, ਜਿਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਨਵਜੋਤ ਸਿੰਘ ਸਿੱਧੂ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਦੀ ਗੱਲ ਕੀਤੀ ਜਾਵੇ, ਉਹ ਹਰ ਇੱਕ ਚੀਜ਼ ਨੂੰ ਲੋਕਾਂ ਸਾਹਮਣੇ ਰੱਖਣਗੇ ਅਤੇ 2017 ਦੇ ਵਿੱਚ ਇੱਕ ਵਾਰ ਮੁੜ ਤੋਂ ਅਕਾਲੀ BJP ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਬਣਾਉਣ ਜਾ ਰਹੇ ਨੇ। ਕਾਸਿਫ ਫਾਰੂਕੀ, ਫ੍ਰੀ ਮੀਡੀਆ, ਚੰਡੀਗੜ੍ਹ। ਬਾਦਲ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸਣ ਲਈ ਪ੍ਰਚਾਰ ਗੱਡੀਆਂ ਤਿਆਰ ਕੀਤੀਆਂ ਨੇ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਹਰੀ ਝੰਡੀ ਦੇ ਕੇ ਮੋਹਾਲੀ ਤੋਂ ਰਵਾਨਾ ਕੀਤਾ। ਜਾਣਕਾਰੀ ਮੁਤਾਬਕ ਸਰਕਾਰ ਨੇ ਕਰੀਬ ਅਜਿਹੀਆਂ 50 ਗੱਡੀਆਂ ਤਿਆਰ ਕਰਵਾਈਆਂ ਨੇ ਜੋ ਸੂਬੇ ਭਰ 'ਚ ਲੋਕਾਂ ਨੂੰ ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਉਣਗੀਆਂ। ਇਹਨਾਂ ਗੱਡੀਆਂ 'ਚ ਫਿਲਮ ਸਿਸਟਮ ਤਿਆਰ ਕਰਵਾਇਆ ਗਿਆ ਜੋ ਸਕਰੀਨ ਰਾਹੀਂ ਸਰਕਾਰ ਦੇ ਵਿਕਾਸ ਕੰਮਾਂ ਨੂੰ ਲੋਕਾਂ ਸਾਹਮਣੇ ਰੱਖੇਗਾ। ਪਰਿਵਾਰੋਂ ਕੋ ਜੋ ਰੈਵਨਿਊ ਮੇਂ ਰਜਿਸਟ੍ਰੇਸ਼ਨ ਔਫ ਪ੍ਰੋਪਰਟੀ ਮੇਂ ਬਿਲਕੁਲ ਹੀ
माफी दे दी है, उसके लिए हर जो सरकार के फैसले हुए हैं या भर्ती के फैसले हुए हैं उसके बारे लोगों तक प्रचार पहुंचाना, और मैं समझता हूं पंजाबियत को मजबूत करना, पंजाबी जो स्पिरिट है उसके सारी सोच को ध्यान में रखते हुए ये प्रचार वैन एक एक गांव जाएंगी, एक एक पिंड जानगियां ते अपना प्रचार का काम करेंगे। लुधियाना तो आजाद नगर कौंसलर दलजीत गरेवाल ने सोमवार आम आदमी पार्टी का पला फट लिया। इन्ना ही नहीं, आप च शामिल होने वाले दलजीत गरेवाल आजाद तौर पर विधायक की चोण भी लड़ चुके हैं। चंडीगढ़ च की गई प्रैस कॉन्फ्रेंस दौरान दलजीत सिंह ने अपने दर्जना समर्थकों नाल पार्टी ज्वाइन की। इस मौके पार्टी कन्वीनर सुचा सिंह छोटेपुर ते इंचार्ज संजय सिंह ने दलजीत सिंह गरेवाल का स्वागत किया ते विरोधियों ते जम के निशाने भी साधे। श्री गुरु ग्रंथ साहिब जी की एक बार फिर बेअदबी का मामला सामने आया है। बठिंडा के भगता भाई च शरारती अंसर ने गुरु साहिब के करीब 39 अंगा ते भद्दी शब्दावली लिख दिती है ते कुछ अंगा नूं गलियां च भी खिलार दिता गया। इस घटना तो बाद लोगों च रोस फैल गया, जिन्होंने प्रशासन तो छेती मामले च कार्रवाई की मांग की है। उधर पुलिस मुताबक वह घटना की जांच कर रहे हैं, छेती ही मुलजमान की पैड़ नप ली जाएगी। दस दिए कुछ दिन पहला भगता भाई च ही गुटका साहिब की बेअदबी का भी मामला सामने आया सी। बठिंडा च आम आदमी पार्टी वालों अकाली दल के तलवंडी साबो तो विधायक जीत महेंद्र सिंह सिद्धू खिलाफ रोस प्रदर्शन किया गया। पिछले दिन सीबीआई ने जीत महेंद्र सिंह सिद्धू खिलाफ केस दर्ज किया सी। आम आदमी पार्टी की आगू बलविंदर कौर ने कहा कि जीत महेंद्र सिंह सिद्धू पहला कांग्रेस के विधायक सी ते हुण केस का डर होने कारण अकाली दल च शामिल होए ने। उन्हां कहा कि सीबीआई वालों केस दर्ज करने के बावजूद वह शरेआम घूम रहे ने। इस मौके आप आगुआ ने जीत महेंद्र नूं गिरफ्तार करने की मांग की। कांग्रेस के सीनियर नेता ते साबका विरोधी धिर नेता सुनील जाखड़ ने विद्यार्थियों नूं ग्रेस अंक दे के पास किए जाने के मामले की जिथे निखेधी की है तो उथे ही बोर्ड के इस कदम नूं विद्यार्थियों के भविख नाल खिलवाड़ करार दिता है। इन्ना ही नहीं, आम लोग भी बोर्ड के इस कदम नूं सरासर गलत दस रहे ने। क्वालिटी ऑफ एजुकेशन के ऊपर एक ये सीधा कमेंट है, परंतु मेरा यह मानना है कि इन बच्चों को तो उन्होंने शायद ग्रेस मार्क दे के आगे प्रमोट कर दिया होगा, परंतु अकाली पार्टी को 33 नंबर ग्रेस देकर भी ये आज पास होने वाली स्थिति में नहीं है, और लोगों का गुस्सा इनको झेलना पड़ेगा जब ये वोटों की बात। खबर लुधियाना तो है जिथे सबका अकाली सरपंच से गोलियां चलाई गई ने। गोलीबारी च अकाली सरपंच जख्मी होया जिसनों अस्पताल भर्ती करवाया गया। जानकारी मुताबक पिंड गिल के अकाली दल नाल संबंधित सबका सरपंच जसवीर सिंह ते कुछ लोगों ने गोलियां चला दित्तियां। इस घटना च पीड़ित एक गोली सज्जी बांह ते लग गई, जिस तों बाद पीड़ित जसवीर सिंह नूं हस्पताल भर्ती करवाया गया। उधर पुलिस मुताबक मामला पुरानी रंजिश दा है अते उह मुलजमां दी भाल कर रहे ने। आलमगीर से दूध लेके आ रहे थे, तो जब वो गिल चौक जो है गिल गांव के पास उसे थोड़ा आगे पहुंचे तो उन पे अज्ञात लोगों ने जो उन्होंने देखा कि स्विफ्ट गाड़ी में थे, पांच छः लोग निकले और उन्होंने उन पर फायरिंग कर दी। तो वो फायरिंग से उनकी जो लेफ्ट आर्म है उस पर एक जो
गोली है उनकी लेफ्ट आर्म में लगी है, ताकि उनकी गाड़ी के शीशे वगैरह टूटे हुए हैं। मौके पे हमने मौका मुलाजा किया, गाड़ी को भी हमने एग्जामिन किया और देख रहे हैं हालात। जैसी वो कार्रवाई बनती है, जो कार्रवाई उनकी स्टेटमेंट अभी हम लेंगे, जो पाएंगे उसके अकॉर्डिंगली मुकदमा दर्ज करके तफ्तीश करेंगे। ਬਠਿੰਡਾ ਦੇ ਪਿੰਡ ਬਾਮਨ ਦੀਵਾਨਾ ਤੋਂ ਫੜੇ ਗਏ ਨਕਲੀ ਫਰੋਜ਼ਨ ਪਲਾਜ਼ਮਾ ਬਣਾਉਣ ਵਾਲੇ ਗਰੋਹ ਦੇ ਮੁੱਖ ਮੁਲਜ਼ਮ ਜ਼ਾਹਿਰ ਬੋਹਰਾ ਨੇ ਪੁਲਿਸ ਸਾਹਮਣੇ ਸਰੈਂਡਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਰਿਲਾਇੰਸ ਲਾਈਫ ਸਾਇੰਸ ਕੰਪਨੀ ਦੇ ਸੀਨੀਅਰ ਮੈਨੇਜਰ ਜ਼ਾਹਿਰ ਦਾ 2 ਜੁਲਾਈ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ। ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮ ਕੋਲੋਂ ਹੋਰ ਵੱਡੇ ਖੁਲਾਸੇ ਹੋਣਗੇ। ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਮੋਗਾ ਦੀ ਹਰਮਨਪ੍ਰੀਤ ਕੌਰ ਨੇ ਇੱਕ ਵਾਰ ਫਿਰ ਮੁੜ ਤੋਂ ਸ਼ਹਿਰ ਦਾ ਨਹੀਂ ਸਗੋਂ ਪੂਰੇ ਮੁਲਕ ਦਾ ਨਾਂ ਰੌਸ਼ਨ ਕੀਤਾ ਹੈ। ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਦੀ ਚੋਣ ਆਸਟ੍ਰੇਲੀਆ 'ਚ ਹੋਣ ਵਾਲੀ T20 ਬਿੱਗ ਬੈਸ ਦੀ ਟੀਮ ਸਿਡਨੀ ਥੰਡਰ ਸਟੋਰਮ ਲਈ ਹੋ ਗਈ ਹੈ। ਹਰਮਨਪ੍ਰੀਤ ਕੌਰ ਪਹਿਲੀ ਅਜਿਹੀ ਮਹਿਲਾ ਕ੍ਰਿਕਟਰ ਖਿਡਾਰਨ ਹੈ ਜਿਸ ਦੀ ਚੋਣ ਮੁਲਕ ਤੋਂ ਬਾਹਰ T20 ਸੀਰੀਜ਼ ਲਈ ਹੋਈ ਹੋਵੇ। 8 ਮਾਰਚ 1999 ਨੂੰ ਪੰਜਾਬ ਦੇ ਮੋਗਾ 'ਚ ਜਨਮੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਹਰਮਨਪ੍ਰੀਤ ਕੌਰ ਹੁਣ ਦੇਸ਼ 'ਚੋਂ ਬਾਹਰ ਹੋਣ ਵਾਲੀ T20 ਟੂਰਨਾਮੈਂਟ 'ਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ। ਹਰਮਨਪ੍ਰੀਤ ਕੌਰ ਆਸਟ੍ਰੇਲੀਆ 'ਚ ਹੋਣ ਵਾਲੀ T20 ਬਿੱਗ ਬੈਸ 'ਚ ਸਿਡਨੀ ਥੰਡਰ ਸਟੋਮ ਵੱਲੋਂ ਖੇਡਦੀ ਨਜ਼ਰ ਆਏਗੀ। ਇਸ ਖਬਰ ਦਾ ਪਤਾ ਚੱਲਦਿਆਂ ਹੀ ਹਰਮਨ ਦੇ ਪਰਿਵਾਰ ਵਾਲਿਆਂ 'ਚ ਖੁਸ਼ੀ ਦਾ ਮਾਹੌਲ ਹੈ। ਐਂਡ ਕਿ ਜੈਸਮਨ ਕੀ ਸਿਲੈਕਸ਼ਨ ਹੋ ਚੁੱਕੀ ਹੈ ਬਿੱਗ ਬੈਸ ਲੀਗ ਇਨ ਆਸਟ੍ਰੇਲੀਆ, ਐਂਡ ਸ਼ੀ ਇਜ਼ ਦੀ ਫਸਟ ਵੀਮੈਨ ਕ੍ਰਿਕਟਰ ਹੂ ਹੈਜ਼ ਗੋਟ ਸਿਲੈਕਟਡ ਇਨ ਆਸਟ੍ਰੇਲੀਆ। ਐਂਡ ਮੇਰੀ ਫੈਮਿਲੀ ਕੇ ਲਈ ਬਹੁਤ ਹੀ ਪ੍ਰਾਊਡ ਵਾਲੀ ਫੀਲਿੰਗ ਹੈ, ਨੋਟ ਓਨਲੀ ਫੋਰ ਮਾਈ ਫੈਮਿਲੀ, ਐਕਚੁਲੀ ਫੋਰ ਇੰਟਾਇਰ ਪੰਜਾਬ ਕੇ ਲਈ ਹੋਣੀ ਚਾਹੀਏ ਫੀਲਿੰਗ। ਜੈਸੇ ਕਿ ਮੋਗਾ ਇੱਕ ਸਮਾਲ ਸਾ ਟਾਊਨ ਹੈ, ਓਲਦੋ ਇਟਸ ਅ ਡਿਸਟ੍ਰਿਕਟ ਬਟ ਸਟਿਲ ਇਟਸ ਅ ਸਮਾਲ ਟਾਊਨ। ਜੈਸੇ ਕਿ ਉਸਨੇ ਯਹਾਂ ਸੇ ਆਪਣੀ ਸਟਾਰਟਿੰਗ ਕੀ ਹੈ, ਤੋ ਬਹੁਤ ਲਾਈਕ ਉਸਕੇ ਲਈ ਬਹੁਤ ਬੜੀ ਇੱਕ ਓਪਰਚੁਨਿਟੀ ਹੈ। ਐਂਡ ਬਾਈ ਸਿਲੈਕਟਿੰਗ ਓਵਰ ਦੇਅਰ ਲਾਈਕ ਉਸਕੇ ਲਈ ਇੱਕ ਬਹੁਤ ਸਾਰਾ ਐਕਸਪੋਜਰ ਵੀ ਹੈ ਕਿ ਇਸਕੇ ਸਾਥ ਉਸਕੀ ਜੋ ਪਰਫਾਰਮੈਂਸ ਹੈ ਵੋ ਜ਼ਿਆਦਾ ਕਿ ਪੋਲਿਸ਼ ਹੋ ਜਾਏਗੀ। ਸੋ ਹਮਾਰੇ ਲਈ ਤੋ ਬਹੁਤ ਹੀ ਪ੍ਰਾਊਡ ਵਾਲੀ ਮੂਮੈਂਟ ਹੈ। ਬਹੁਤ ਖੁਸ਼ੀ ਹੋਈ ਕਿ ਮੇਰੀ ਬੇਟੀ ਹਰਮਨਪ੍ਰੀਤ ਕੌਰ ਜੋ ਕਿ ਇੰਡੀਆ ਟੀਮ ਦੇ ਵਿੱਚ ਖੇਡਦੀ ਹੈ ਉਹਦੀ ਆਸਟ੍ਰੇਲੀਆ ਵਿੱਚ ਸਿਲੈਕਸ਼ਨ ਹੋਈ ਹੈ। ਸਾਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੇ ਵਿੱਚ। ਬੇਟੀ ਨੇ ਮੋਗਾ ਸ਼ਹਿਰ ਦਾ ਹੀ ਨਹੀਂ ਪੰਜਾਬ ਦਾ ਹੀ ਨਹੀਂ ਪੂਰੇ ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ ਵਾ। ਇਸ ਤਰ੍ਹਾਂ ਇਸੇ ਗੱਲ ਦੇ ਵਿੱਚ ਮੇਰੇ ਰਿਸ਼ਤੇਦਾਰ ਮੇਰੇ ਆਂਢੀ ਗੁਆਂਢੀ ਮੈਨੂੰ ਵਧਾਈਆਂ ਦਿੰਦੇ ਆ ਕਿ ਮੈਨੂੰ ਬਹੁਤ ਚੰਗਾ ਲੱਗਾ। ਹਰਮਨਪ੍ਰੀਤ ਕੌਰ ਤੇ ਨਾ ਕੇਵਲ ਪਰਿਵਾਰ ਸਗੋਂ ਪੂਰੇ ਮੋਗਾ ਜ਼ਿਲ੍ਹੇ ਨੂੰ ਮਾਣ ਮਹਿਸੂਸ ਹੋ ਰਿਹਾ ਅਤੇ ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਹਰਮਨਪ੍ਰੀਤ ਇਕੱਲਾ ਮੋਗੇ ਦਾ ਹੀ ਨਹੀਂ ਸਗੋਂ ਭਾਰਤ ਦਾ ਵੀ ਨਾਂ ਵਿਸ਼ਵ 'ਚ ਰੋਸ਼ਨ ਕਰੇਗੀ। ਅਸੀਂ ਜੀ ਟੀਵੀ 'ਤੇ ਹਰਮਨਪ੍ਰੀਤ ਦੀ ਖਬਰ ਪੜ੍ਹੀ ਸੁਣੀ ਅਤੇ ਸਾਨੂੰ ਬਹੁਤ ਖੁਸ਼ੀ ਹੋਈ ਅਤੇ ਅੱਜ ਅਸੀਂ ਉਹਦੇ ਮੰਮੀ ਡੈਡੀ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਪਹੁੰਚੀ ਅਤੇ ਅੱਗੇ ਵੀ ਸਾਨੂੰ ਪਤਾ ਵੀ ਉਹ ਕਪਤਾਨ ਰਹੀ ਆ ਅਤੇ ਅੱਜ ਉਹਦੀ ਗਾਂਹ ਸਿਲੈਕਸ਼ਨ ਹੋਈ ਆ ਅਤੇ ਇਸ ਦੇ ਨਾਲ ਬੇਟੀਆਂ ਦਾ ਸਿਰ ਬਹੁਤ ਉੱਚਾ ਹੋਇਆ ਅਤੇ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਵੀ ਮੁੰਡੇ ਅਤੇ ਕੁੜੀ 'ਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਅਤੇ ਮੋਗੇ ਦਾ ਨਾਂ ਉੱਚਾ ਕੀਤਾ ਪੰਜਾਬ ਦਾ ਸਾਰੇ ਵਰਲਡ ਦੇ ਵਿੱਚ ਅੱਜ ਹਰਮਨਪ੍ਰੀਤ ਦੀਆਂ ਧੁੰਮਾਂ ਪਏ। ਦੱਸ ਦਈਏ ਕਿ ਭਾਰਤੀ ਆਲਰਾਊਂਡਰ ਹਰਮਨਪ੍ਰੀਤ ਕੌਰ ਨੇ ਹੁਣ ਤੱਕ 2 ਟੈਸਟ ਮੈਚ 55 ਇੱਕ ਦਿਨੀ ਕੌਮਾਂਤਰੀ ਅਤੇ 61 T20 ਕੌਮਾਂਤਰੀ ਮੈਚ ਖੇਡੇ ਨੇ ਅਤੇ ਹਰਮਨਪ੍ਰੀਤ ਕੌਰ ਆਸਟ੍ਰੇਲੀਆ 'ਚ ਆਪਣਾ ਕੀ ਪ੍ਰਭਾਵ ਛੱਡਦੀ ਹੈ ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਮੋਗਾ ਤੋਂ ਨਵੀਨ ਸ਼ਰਮਾ, ਫ੍ਰੀ ਮੀਡੀਆ। ਭਾਵੇਂ ਚੀਨ ਦੇ ਵਿਰੋਧ ਕਾਰਨ ਭਾਰਤ NSG ਦੀ ਮੈਂਬਰਸ਼ਿਪ ਲੈਣ ਵਿੱਚ ਫਿਲਹਾਲ ਅਸਫਲ ਰਿਹਾ ਹੈ, ਪਰ ਭਾਰਤ ਸੋਮਵਾਰ ਨੂੰ MTCR ਦਾ ਮੈਂਬਰ ਬਣ ਗਿਆ ਹੈ। ਭਾਰਤ ਦੇ ਵਿਦੇਸ਼ ਸਕੱਤਰ S. Jaishankar ਨੇ MTCR ਦੀ ਐਂਟਰੀ ਸੰਬੰਧੀ ਕਾਗਜ਼ਾਂ 'ਤੇ ਦਸਤਖਤ ਕਰ ਦਿੱਤੇ ਨੇ, ਜਿਸ ਨਾਲ ਭਾਰਤ 34 ਦੇਸ਼ਾਂ ਦੇ ਇਸ ਮਿਸਾਈਲ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ। ਇਸ ਦਾਖਲੇ ਨਾਲ ਭਾਰਤ ਨੇ ਚੀਨ ਅਤੇ ਪਾਕਿਸਤਾਨ ਨੂੰ ਵੀ ਪਛਾੜ ਦਿੱਤਾ ਹੈ। ਦੱਸ ਦਈਏ ਚੀਨ ਅਤੇ ਪਾਕਿਸਤਾਨ ਨੂੰ ਹਾਲੇ ਇਸ ਗਰੁੱਪ 'ਚ ਐਂਟਰੀ ਨਹੀਂ ਮਿਲੀ।
ਇਹ ਗਰੁੱਪ ਪਰਮਾਣੂ ਬਾਇਓਲੋਜੀਕਲ ਅਤੇ ਕੈਮੀਕਲ ਹਥਿਆਰਾਂ ਨਾਲ ਕੰਟਰੋਲ ਕਰਨ ਨਾਲ ਜੁੜਿਆ ਹੋਇਆ ਹੈ। ਇਸ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਨੂੰ ਰਾਕਟ ਸਿਸਟਮ, ਡਰੋਨ ਅਤੇ ਇਸ ਨਾਲ ਜੁੜੀ ਟੈਕਨੀਕ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ। ਦਿੱਲੀ 'ਚ ਆਪ ਵਿਧਾਇਕ ਦਿਨੇਸ਼ ਮੋਹਨਿਆਂ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨ ਦੌਰਾਨ ਪੁਲਿਸ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਨੇ ਆਪ ਦੇ 65 ਵਿਧਾਇਕਾਂ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਇਹ ਸਾਰੇ ਵਿਧਾਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ। ਪੁਲਿਸ ਨੇ ਇਹਨਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਕਰੀਬ 3 ਘੰਟਿਆਂ ਬਾਅਦ ਰਿਹਾਅ ਕੀਤਾ। ਸਿਟੀਜਨ ਚਾਰਟਰ ਬਿੱਲ ਬਣਾਇਆ ਜਿਸ ਸੇ ਨਿਸ਼ਚਿਤ ਸਮੇਂ ਸੀਮਾ ਮੇਂ ਜਨਤਾ ਕਾ ਕਾਮ ਹੋ ਸਕੇ। तो ये सारा अपराध करने वाले सारे हमारे विधायक आज पार्लियामेंट स्ट्रीट थाने में आए हुए हैं और हम मोदी जी से कहना चाहते हैं कि आज ही के दिन इंदिरा गांधी ने आपातकाल लगाया था, सबको उठा के तिहाड़ में भेजिए, सबको उठा के फांसी पे लटका दीजिए, आज आजीवन कारावास दे दीजिए। ऐसे दिल्ली की जनता को आप अपराधियों की तरह सजा मत दीजिए। दिल्ली की जनता ने अपराध कर दिया क्या कि उन्होंने झाड़ू को वोट दे दिया, उन्होंने अरविंद केजरीवाल को अपना नेता बना लिया, उन्होंने दिल्ली में एक ईमानदार सरकार चुनने का साहस कर लिया, इसी बात की सजा दिल्ली के लोगों को दी जा रही है। अर्जेंटीना के स्टार फुटबॉल खिलाड़ी लियोनेल मेसी ने अंतरराष्ट्रीय फुटबॉल तो रिटायरमेंट ले ली है। मेसी ने सोमवार सवेरे यह ऐलान किया। मन्या जा रहा है कि कोपा अमेरिका कप के फाइनल च मिली हार तो मेसी ने निराश होकर संन्यास लैन का ऐलान किया है। मेसी ने संन्यास का ऐलान अंतरराष्ट्रीय फुटबॉल तो किया, यानी कि वह हुण ਅਰਜਨਟੀਨਾ ਲਈ ਫੁੱਟਬਾਲ ਖੇਡਦੇ ਨਜ਼ਰ ਨਹੀਂ ਆਉਣਗੇ। ਕੋਪਾ ਅਮੈਰੀਕਾ ਕੱਪ ਦੇ ਫਾਈਨਲ 'ਚ ਚਿਲੀ ਨੇ ਅਰਜਨਟੀਨਾ ਨੂੰ 4-2 ਨਾਲ ਮਾਤ ਦਿੱਤੀ ਸੀ। ਇਸ ਬੇਹੱਦ ਰੋਮਾਂਚਕ ਮੈਚ 'ਚ ਰੈਗੂਲਰ ਟਾਈਮ 'ਚ ਕੋਈ ਗੋਲ ਨਹੀਂ ਹੋਇਆ ਅਤੇ ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ 'ਚ ਹੋਇਆ। ਖਾਸ ਗੱਲ ਇਹ ਸੀ ਕਿ ਮੈਸੀ ਆਪਣੀ ਪੈਨਲਟੀ ਨੂੰ ਵੀ ਗੋਲ 'ਚ ਤਬਦੀਲ ਕਰਨ 'ਚ ਨਾਕਾਮ ਰਹੇ। ਜਾਣਕਾਰੀ ਮੁਤਾਬਕ ਮੈਸੀ ਕਲੱਬ ਫੁੱਟਬਾਲ ਖੇਡਣਾ ਜਾਰੀ ਰੱਖਣਗੇ। ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ, ਆਗਿਆ ਦਿਓ, ਧੰਨਵਾਦ।